ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਸਾਰੀ ਸੰਗਤ ਨੂੰ ਕਿ ਮੋਰਚੇ ਵੱਲੋਂ ਕਮੇਟੀ ਵੱਲੋਂ ਇਹ ਕੁਛ ਚਿਹਰਿਆਂ ਦੀਆਂ ਤੁਹਾਨੂੰ ਵੀਡੀਓ ਮਿਲਦੀਆਂ ਸੀ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ ਵੀ ਅੱਜ ਆਹ ਅਪਡੇਟ ਆ ਅੱਜ ਆਹ ਅਪਡੇਟ ਆ ਅਤੇ ਅੱਜ ਜਿਹੜੀ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਗੈਰ ਆ ਜਾਂ ਆਪਣੇ ਆ ਜਾਂ ਕੌਣ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਦੇਖੋ ਸਮਾਂ ਜਿੱਦਾਂ ਦਾ ਗੁਜ਼ਰਿਆ ਸੰਗਤਾਂ ਨੇ ਗੁਜ਼ਾਰਿਆ ਦਰਵਾਜ਼ਾ ਖੁੱਲ੍ਹ ਗਿਆ ਹੁਣ ਅੱਜ ਦੀ ਤਰੀਕ ਨੋਟ ਕਰ ਲੈਣ ਸਾਰੇ 11 ਤਰੀਕ ਤੱਕ ਬੇਨਤੀ ਇਹ ਹੈ ਕਿ ਜਿਹਨਾਂ ਜਿੰਨੀਆਂ ਵੀਡੀਓ ਜਿਹੜੀਆਂ ਸਾਡੇ ਚਿਹਰੇ ਲਾ ਲਓ ਜਾਂ ਹੋਰ ਚਿਹਰੇ ਇੱਥੇ ਮਨਜਿੰਦਰ ਸਿੰਘ ਜਾਂ ਮਨਦੀਪ ਸਿੰਘ ਇਟਲੀ ਵਾਲੇ ਜਾਂ ਹੋਰ ਇੱਕ ਦੋ ਚਿਹਰੇ ਜਿਹੜੇ ਵੀਡੀਓ ਪਾਉਂਦੇ ਤਾਂ ਅਪਡੇਟ ਦਿੰਦੇ ਸੀ ਸਾਰੇ ਜਾਣੇ ਅੱਜ ਤੋਂ ਜਿਹੜੀ ਕੋਈ ਵੀ ਦੂਸ਼ਣਬਾਜ਼ੀ ਵਾਲੀ ਵੀਡੀਓ ਜੇ ਕੋਈ ਪਾਉਂਦਾ ਪੁਰਾਣੀ ਕਮੇਟੀ 'ਤੇ ਜਾਂ ਹੋਰ ਕਿਸੇ 'ਤੇ ਪਾਉਂਦਾ ਉਹ ਜਿਹੜੀ ਆ ਹੱਥ ਜੋੜ ਕੇ ਬੇਨਤੀ ਹੈ ਜੀ ਤਾਲਾ ਖੁੱਲ੍ਹ ਗਿਆ ਵਾ ਕੋਈ ਇਹੋ ਜਿਹੀ ਵੀਡੀਓ ਨਾ ਪਾਈ ਜਾਵੇ ਜਿਹਦੇ ਨਾਲ ਆਪਾਂ ਸਿੱਖ ਹਾਂ ਅਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਜੇ ਕਮੇਟੀ ਵੱਲੋਂ ਜਿਹੜੀ ਮੋਰਚੇ ਵੱਲੋਂ ਜਿਹੜੀ ਵੀਡੀਓ ਗਾਂਹ ਗਾਂਹ ਆਉਣਗੀਆਂ ਇਲੈਕਸ਼ਨ ਪ੍ਰਤੀ ਉਹ ਅਸੀਂ ਤੁਹਾਨੂੰ ਸਮੇਂ ਦੇ ਨਾਲ ਅਪਡੇਟ ਆਪਾਂ ਕਮੇਟੀ ਜਿਹੜੀ ਮੋਰਚਾ ਕਮੇਟੀ ਆ ਉਹ ਵੀਡੀਓ ਪਾਉਂਦੀ ਰਹੂਗੀ ਇਸੇ ਤਰੀਕਿਆਂ ਦੇ ਨਾਲ ਸੰਗਤਾਂ ਦੇ ਨਾਲ ਇਹ ਸਾਰੀ ਮੋਰਚਾ ਕਮੇਟੀ ਖੜੀ ਆ ਅਤੇ ਬੇਨਤੀ ਆ ਕਿ ਜਿਹੜੇ ਵੀਰ ਉਹ ਭਾਵਾਂ ਸੰਗਤ ਵੱਲੋਂ ਆ ਭਾਵਾਂ ਦੂਜੇ ਵੀਰਾਂ ਵੱਲੋਂ ਆ ਕੋਈ ਵੀ ਅੱਜ ਤੋਂ ਬਾਅਦ ਦੂਸ਼ਣਬਾਜ਼ੀ ਵਾਲੀ ਵੀਡੀਓ ਇੱਕ ਦੂਜੇ 'ਤੇ ਜਿੱਦਾਂ ਅਸੀਂ ਗਾਣੇ ਲਾ ਕੇ ਜਾਂ ਕੋਈ ਇਹੋ ਜਿਹੀ ਵੀਡੀਓ ਪਾਉਂਦੇ ਹਾਂ ਕਿਸੇ ਦੀ ਇਨਸਲਟ ਕਰਦੇ ਹਾਂ ਉਹਦੇ ਪ੍ਰਤੀ ਕੋਈ ਵੀ ਵੀਡੀਓ ਸੰਗਤ ਵੱਲੋਂ ਸਾਡੇ ਵੱਲੋਂ ਕਿਸੇ ਦੂਜੇ ਅੱਜ ਨਹੀਂ ਪਾਊਗੀ ਹਾਂ ਜ਼ਿੰਮੇਵਾਰੀ ਜਿਹੜੀ ਅਸੀਂ ਆਪਣੀ ਕਮੇਟੀ ਦੀ ਲੈਂਦੇ ਹਾਂ ਬਾਕੀ ਜਿਹੜੇ ਵੀਰ ਉਹਨਾਂ ਨੂੰ ਬੇਨਤੀ ਹੈ ਕਿ ਇਹ ਚੀਜ਼ ਤੋਂ ਆਪਾਂ ਸਾਰੇ ਜਾਣਿਆਂ ਨੇ ਦੂਰ ਰਹਿਣਾ ਕਿਉਂਕਿ ਸਿੱਖ ਕੌਮ ਦੇ ਵਿੱਚ ਨਿਰਵੈਰ ਆ ਵੈਰ ਕਿਤੇ ਨਹੀਂ ਅਸੀਂ ਪੱਕਾ ਵੈਰ ਰੱਖਣ ਵਾਲੀ ਸੰਗਤ ਨਹੀਂ ਗੀ ਕਿਉਂਕਿ ਵੈਰੀ ਤਾਂ ਹੈ ਹੀ ਨਹੀਂ ਅੱਜ ਵੀ ਆਉਣੇ ਆ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਵਾਹਿਗੁਰੂ ਕਿਰਪਾ ਕਰੇ ਦਰਵਾਜ਼ਾ ਖੁੱਲ੍ਹ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।